चीमा साहब किदां देखते हो अज फैसला लै लिता गया कि सारे अधिकार जड़े ने सोनिया गांधी नूं दे दिते गए ने, कि कुछ होर मुद्दियां ते मसलियां ते गलबात हुई है? क्योंकि हुण चोणां दा बिगुल अज तो ही कहिंदे वजदा नजर आ रहा है, कांग्रेस ने अज तो ही कमान खिंच लिती है। बिल्कुल जी बिल्कुल, ये जिहड़ा सारे जिहड़ी कमेटी ने अधिकार सोनिया जी साडे प्रधान आ उहनां नूं साडे प्रधान साहब दे थ्रू सारी कमेटी ने अधिकार देते आ, ते बाकी फैसला हाईकमांड जिहड़ी आ उह सारा करू। मैरिट दे बेसिस ते सिद्धू साहब कह रहे ने कि जिहड़े उम्मीदवार योग्य होणगे उहनां नूं ज़्यादा पावरां दित्तियां जाणगियां, किदां देखदे हो सिद्धू साहब दे इस बयान? बिल्कुल बहुत वधिया जी, इदां ही चाहीदा, इदां आ। इह ते जिहड़े विच कुछ कालियां भेडां वड्डियां जिहड़ियां खराब कर रहियां पार्टी नूं उह ठीक करके जिहड़े मैरिट दे बेस ते ही जिहड़े बंदे अग्गे जाणगे। साहब किहड़ियां भेडां ने जिहड़ियां खराब कर रहियां ने, किहड़े इहो जिहे चेहरे ने? ਹੈਗੇ ਬਹੁਤ ਚਿਹਰੇ, ਤੁਹਾਨੂੰ ਆਪੇ ਪਤਾ ਲੱਗ ਜੂਗਾ। ਕਿਆ ਸਾਰਜਨਿਕ ਹੋਣਗੇ ਇਹਨਾਂ ਦੇ ਨਾਂ? ਬਿਲਕੁਲ ਬਿਲਕੁਲ ਹੋਣਗੇ, ਸਮਾਂ ਆਉਣ 'ਤੇ ਹੋਣਗੇ। ਔਰ ਸਮਾਂ ਆਉਣ 'ਤੇ ਉਹ ਜਿਹੜਾ ਪਾਰਟੀ ਦੇ ਪਿੱਠੇ 'ਚ ਛੁਰਾ ਮਾਰਦਾ ਨਾ ਉਹ ਕੋਈ ਗੱਲ ਨਹੀਂ, ਪਰਮਾਤਮਾ ਦੀ ਕਿਰਪਾ ਨਾਲ। ਦੇਖੋ ਕਾਂਗਰਸ ਪਾਰਟੀ ਇੱਕ ਉਹ ਪਾਰਟੀ ਹੈ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਹੈ, ਔਰ ਬੜੇ ਲੋਕ ਆਏ ਇਹਨੂੰ ਖਰਾਬ ਕਰਨ ਲਈ, ਬੜੇ ਗਏ ਪਰ ਇਹ ਖਰਾਬ ਨਹੀਂ ਹੋਈ। ਇਹ ਪਾਰਟੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੂਗੀ। ਬਿਲਕੁਲ ਚੀਮਾ ਸਾਹਿਬ ਕਿੱਦਾਂ ਦੇਖਦੇ ਹੋ ਅੱਜ ਫੈਸਲਾ ਲੈ ਲਿੱਤਾ ਗਿਆ ਕਿ ਸਾਰੇ ਅਧਿਕਾਰ ਜਿਹੜੇ ਨੇ ਸੋਨੀਆ ਗਾਂਧੀ ਨੂੰ ਦੇ ਦਿੱਤੇ ਗਏ ਨੇ, ਕਿ ਕੁਛ ਹੋਰ ਮੁੱਦਿਆਂ ਤੇ ਮਸਲਿਆਂ ਤੇ ਗੱਲਬਾਤ ਹੋਈ ਹੈ? ਕਿਉਂਕਿ ਹੁਣ ਚੋਣਾਂ ਦਾ ਬਿਗੁਲ ਅੱਜ ਤੋਂ ਹੀ ਕਹਿੰਦੇ ਵੱਜਦਾ ਨਜ਼ਰ ਆ ਰਿਹਾ, ਕਾਂਗਰਸ ਨੇ ਅੱਜ ਤੋਂ ਹੀ ਕਮਾਨ ਖਿੱਚ ਲਿੱਤੀ ਹੈ। ਬਿਲਕੁਲ ਜੀ ਬਿਲਕੁਲ, ਇਹ ਜਿਹੜਾ ਸਾਰੇ ਜਿਹੜੀ ਕਮੇਟੀ ਨੇ ਅਧਿਕਾਰ ਸੋਨੀਆ ਜੀ ਸਾਡੇ ਪ੍ਰਧਾਨ ਆ ਉਹਨਾਂ ਨੂੰ ਸਾਡੇ ਪ੍ਰਧਾਨ ਸਾਹਿਬ ਦੇ ਥਰੂ ਸਾਰੀ ਕਮੇਟੀ ਨੇ ਅਧਿਕਾਰ ਦਿੱਤੇ ਆ, ਅਤੇ ਬਾਕੀ ਫੈਸਲਾ ਹਾਈਕਮਾਂਡ ਜਿਹੜੀ ਆ ਉਹ ਸਾਰਾ ਕਰੂ। ਮੈਰਿਟ ਦੇ ਬੇਸਿਸ 'ਤੇ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਉਮੀਦਵਾਰ ਯੋਗ ਹੋਣਗੇ ਉਹਨਾਂ ਨੂੰ ਜ਼ਿਆਦਾ ਪਾਵਰਾਂ ਦਿੱਤੀਆਂ ਜਾਣਗੀਆਂ, ਕਿੱਦਾਂ ਦੇਖਦੇ ਹੋ ਸਿੱਧੂ ਸਾਹਿਬ ਦੇ ਇਸ ਬਿਆਨ? ਬਿਲਕੁਲ ਬਹੁਤ ਵਧੀਆ ਜੀ, ਇੱਦਾਂ ਹੀ ਚਾਹੀਦਾ, ਇੱਦਾਂ ਆ। ਇਹ ਤਾਂ ਜਿਹੜੇ ਵਿੱਚ ਕੁਛ ਕਾਲੀਆਂ ਭੇਡਾਂ ਵੱਡੀਆਂ ਜਿਹੜੀਆਂ ਖਰਾਬ ਕਰ ਰਹੀਆਂ ਪਾਰਟੀ ਨੂੰ ਉਹ ਠੀਕ ਕਰਕੇ ਜਿਹੜੇ ਮੈਰਿਟ ਦੇ ਬੇਸ 'ਤੇ ਹੀ ਜਿਹੜੇ ਬੰਦੇ ਅੱਗੇ ਜਾਣ। ਕਿਹੜੀਆਂ ਭੇਡਾਂ ਨੇ ਜਿਹੜੀਆਂ ਖਰਾਬ ਕਰ ਰਹੀਆਂ ਨੇ, ਕਿਹੜੇ ਇਹੋ ਜਿਹੇ ਚਿਹਰੇ ਨੇ? ਹੈਗੇ ਬਹੁਤ ਚਿਹਰੇ, ਤੁਹਾਨੂੰ ਆਪੇ ਪਤਾ ਲੱਗ ਜੂਗਾ। ਕਿਆ ਸਾਰਜਨਿਕ ਹੋਣਗੇ ਇਹਨਾਂ ਦੇ ਨਾਂ? ਬਿਲਕੁਲ ਬਿਲਕੁਲ ਹੋਣਗੇ, ਸਮਾਂ ਆਉਣ 'ਤੇ ਹੋਣਗੇ। ਔਰ ਸਮਾਂ ਆਉਣ 'ਤੇ ਉਹ ਜਿਹੜਾ ਪਾਰਟੀ ਦੇ ਪਿੱਠੇ 'ਚ ਛੁਰਾ ਮਾਰਦਾ ਨਾ ਉਹ ਕੋਈ ਗੱਲ ਨਹੀਂ, ਪਰਮਾਤਮਾ ਦੀ ਕਿਰਪਾ ਨਾਲ। ਦੇਖੋ ਕਾਂਗਰਸ ਪਾਰਟੀ ਇੱਕ ਉਹ ਪਾਰਟੀ ਹੈ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਹੈ, ਔਰ ਬੜੇ ਲੋਕ ਆਏ ਇਹਨੂੰ ਖਰਾਬ ਕਰਨ ਲਈ, ਬੜੇ ਗਏ ਪਰ ਇਹ ਖਰਾਬ ਨਹੀਂ ਹੋਈ। ਇਹ ਪਾਰਟੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੂਗੀ। ਬਿਲਕੁਲ ਚੀਮਾ ਸਾਹਿਬ ਕਿੱਦਾਂ ਦੇਖਦੇ ਹੋ ਅੱਜ ਫੈਸਲਾ ਲੈ ਲਿੱਤਾ ਗਿਆ ਕਿ ਸਾਰੇ ਅਧਿਕਾਰ ਜਿਹੜੇ ਨੇ ਸੋਨੀਆ ਗਾਂਧੀ ਨੂੰ ਦੇ ਦਿੱਤੇ ਗਏ ਨੇ, ਕਿ ਕੁਛ ਹੋਰ ਮੁੱਦਿਆਂ ਤੇ ਮਸਲਿਆਂ ਤੇ ਗੱਲਬਾਤ ਹੋਈ ਹੈ? ਕਿਉਂਕਿ ਹੁਣ ਚੋਣਾਂ ਦਾ ਬਿਗੁਲ ਅੱਜ ਤੋਂ ਹੀ ਕਹਿੰਦੇ ਵੱਜਦਾ ਨਜ਼ਰ ਆ ਰਿਹਾ, ਕਾਂਗਰਸ ਨੇ ਅੱਜ ਤੋਂ ਹੀ ਕਮਾਨ ਖਿੱਚ ਲਿੱਤੀ ਹੈ। ਬਿਲਕੁਲ ਜੀ ਬਿਲਕੁਲ, ਇਹ ਜਿਹੜਾ ਸਾਰੇ ਜਿਹੜੀ ਕਮੇਟੀ ਨੇ ਅਧਿਕਾਰ ਸੋਨੀਆ ਜੀ ਸਾਡੇ ਪ੍ਰਧਾਨ ਆ ਉਹਨਾਂ ਨੂੰ ਸਾਡੇ ਪ੍ਰਧਾਨ ਸਾਹਿਬ ਦੇ ਥਰੂ ਸਾਰੀ ਕਮੇਟੀ ਨੇ ਅਧਿਕਾਰ ਦਿੱਤੇ ਆ, ਅਤੇ ਬਾਕੀ ਫੈਸਲਾ ਹਾਈਕਮਾਂਡ ਜਿਹੜੀ ਆ ਉਹ ਸਾਰਾ ਕਰੂ। ਮੈਰਿਟ ਦੇ ਬੇਸਿਸ 'ਤੇ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਉਮੀਦਵਾਰ ਯੋਗ ਹੋਣਗੇ ਉਹਨਾਂ ਨੂੰ ਜ਼ਿਆਦਾ ਪਾਵਰਾਂ ਦਿੱਤੀਆਂ ਜਾਣਗੀਆਂ, ਕਿੱਦਾਂ ਦੇਖਦੇ ਹੋ ਸਿੱਧੂ ਸਾਹਿਬ ਦੇ ਇਸ ਬਿਆਨ? ਬਿਲਕੁਲ ਬਹੁਤ ਵਧੀਆ ਜੀ, ਇੱਦਾਂ ਹੀ ਚਾਹੀਦਾ, ਇੱਦਾਂ ਆ। ਇਹ ਤਾਂ ਜਿਹੜੇ ਵਿੱਚ ਕੁਛ ਕਾਲੀਆਂ ਭੇਡਾਂ ਵੱਡੀਆਂ ਜਿਹੜੀਆਂ ਖਰਾਬ ਕਰ ਰਹੀਆਂ ਪਾਰਟੀ ਨੂੰ ਉਹ ਠੀਕ ਕਰਕੇ ਜਿਹੜੇ ਮੈਰਿਟ ਦੇ ਬੇਸ 'ਤੇ ਹੀ ਜਿਹੜੇ ਬੰਦੇ ਅੱਗੇ ਜਾਣ। ਕਿਹੜੀਆਂ ਭੇਡਾਂ ਨੇ ਜਿਹੜੀਆਂ ਖਰਾਬ ਕਰ ਰਹੀਆਂ ਨੇ, ਕਿਹੜੇ ਇਹੋ ਜਿਹੇ ਚਿਹਰੇ ਨੇ? ਹੈਗੇ ਬਹੁਤ ਚਿਹਰੇ, ਤੁਹਾਨੂੰ ਆਪੇ ਪਤਾ ਲੱਗ ਜੂਗਾ। ਕਿਆ ਸਾਰਜਨਿਕ ਹੋਣਗੇ ਇਹਨਾਂ ਦੇ ਨਾਂ? ਬਿਲਕੁਲ ਬਿਲਕੁਲ ਹੋਣਗੇ, ਸਮਾਂ ਆਉਣ 'ਤੇ ਹੋਣਗੇ। ਔਰ ਸਮਾਂ ਆਉਣ 'ਤੇ ਉਹ ਜਿਹੜਾ ਪਾਰਟੀ ਦੇ ਪਿੱਠੇ 'ਚ ਛੁਰਾ ਮਾਰਦਾ ਨਾ ਉਹ ਕੋਈ ਗੱਲ ਨਹੀਂ, ਪਰਮਾਤਮਾ ਦੀ ਕਿਰਪਾ ਨਾਲ। ਦੇਖੋ ਕਾਂਗਰਸ ਪਾਰਟੀ ਇੱਕ ਉਹ ਪਾਰਟੀ ਹੈ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਹੈ, ਔਰ ਬੜੇ ਲੋਕ ਆਏ ਇਹਨੂੰ ਖਰਾਬ ਕਰਨ ਲਈ, ਬੜੇ ਗਏ ਪਰ ਇਹ ਖਰਾਬ ਨਹੀਂ ਹੋਈ। ਇਹ ਪਾਰਟੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੂਗੀ। ਬਿਲਕੁਲ ਚੀਮਾ ਸਾਹਿਬ ਕਿੱਦਾਂ ਦੇਖਦੇ ਹੋ ਅੱਜ ਫੈਸਲਾ ਲੈ ਲਿੱਤਾ ਗਿਆ ਕਿ ਸਾਰੇ ਅਧਿਕਾਰ ਜਿਹੜੇ ਨੇ ਸੋਨੀਆ ਗਾਂਧੀ ਨੂੰ ਦੇ ਦਿੱਤੇ ਗਏ ਨੇ, ਕਿ ਕੁਛ ਹੋਰ ਮੁੱਦਿਆਂ ਤੇ ਮਸਲਿਆਂ ਤੇ ਗੱਲਬਾਤ ਹੋਈ ਹੈ? ਕਿਉਂਕਿ ਹੁਣ ਚੋਣਾਂ ਦਾ ਬਿਗੁਲ ਅੱਜ ਤੋਂ ਹੀ ਕਹਿੰਦੇ ਵੱਜਦਾ ਨਜ਼ਰ ਆ ਰਿਹਾ, ਕਾਂਗਰਸ ਨੇ ਅੱਜ ਤੋਂ ਹੀ ਕਮਾਨ ਖਿੱਚ ਲਿੱਤੀ ਹੈ। ਬਿਲਕੁਲ ਜੀ ਬਿਲਕੁਲ, ਇਹ ਜਿਹੜਾ ਸਾਰੇ ਜਿਹੜੀ ਕਮੇਟੀ ਨੇ ਅਧਿਕਾਰ ਸੋਨੀਆ ਜੀ ਸਾਡੇ ਪ੍ਰਧਾਨ ਆ ਉਹਨਾਂ ਨੂੰ ਸਾਡੇ ਪ੍ਰਧਾਨ ਸਾਹਿਬ ਦੇ ਥਰੂ ਸਾਰੀ ਕਮੇਟੀ ਨੇ ਅਧਿਕਾਰ ਦਿੱਤੇ ਆ, ਅਤੇ ਬਾਕੀ ਫੈਸਲਾ ਹਾਈਕਮਾਂਡ ਜਿਹੜੀ ਆ ਉਹ ਸਾਰਾ ਕਰੂ। ਮੈਰਿਟ ਦੇ ਬੇਸਿਸ 'ਤੇ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਉਮੀਦਵਾਰ ਯੋਗ ਹੋਣਗੇ ਉਹਨਾਂ ਨੂੰ ਜ਼ਿਆਦਾ ਪਾਵਰਾਂ ਦਿੱਤੀਆਂ ਜਾਣਗੀਆਂ, ਕਿੱਦਾਂ ਦੇਖਦੇ ਹੋ ਸਿੱਧੂ ਸਾਹਿਬ ਦੇ ਇਸ ਬਿਆਨ? ਬਿਲਕੁਲ ਬਹੁਤ ਵਧੀਆ ਜੀ, ਇੱਦਾਂ ਹੀ ਚਾਹੀਦਾ, ਇੱਦਾਂ ਆ। ਇਹ ਤਾਂ ਜਿਹੜੇ ਵਿੱਚ ਕੁਛ ਕਾਲੀਆਂ ਭੇਡਾਂ ਵੱਡੀਆਂ ਜਿਹੜੀਆਂ ਖਰਾਬ ਕਰ ਰਹੀਆਂ ਪਾਰਟੀ ਨੂੰ ਉਹ ਠੀਕ ਕਰਕੇ ਜਿਹੜੇ ਮੈਰਿਟ ਦੇ ਬੇਸ 'ਤੇ ਹੀ ਜਿਹੜੇ ਬੰਦੇ ਅੱਗੇ ਜਾਣ। ਕਿਹੜੀਆਂ ਭੇਡਾਂ ਨੇ ਜਿਹੜੀਆਂ ਖਰਾਬ ਕਰ ਰਹੀਆਂ ਨੇ, ਕਿਹੜੇ ਇਹੋ ਜਿਹੇ ਚਿਹਰੇ ਨੇ? ਹੈਗੇ ਬਹੁਤ ਚਿਹਰੇ, ਤੁਹਾਨੂੰ ਆਪੇ ਪਤਾ ਲੱਗ ਜੂਗਾ। ਕਿਆ ਸਾਰਜਨਿਕ ਹੋਣਗੇ ਇਹਨਾਂ ਦੇ ਨਾਂ? ਬਿਲਕੁਲ ਬਿਲਕੁਲ ਹੋਣਗੇ, ਸਮਾਂ ਆਉਣ 'ਤੇ ਹੋਣਗੇ। ਔਰ ਸਮਾਂ ਆਉਣ 'ਤੇ ਉਹ ਜਿਹੜਾ ਪਾਰਟੀ ਦੇ ਪਿੱਠੇ 'ਚ ਛੁਰਾ ਮਾਰਦਾ ਨਾ ਉਹ ਕੋਈ ਗੱਲ ਨਹੀਂ, ਪਰਮਾਤਮਾ ਦੀ ਕਿਰਪਾ ਨਾਲ। ਦੇਖੋ ਕਾਂਗਰਸ ਪਾਰਟੀ ਇੱਕ ਉਹ ਪਾਰਟੀ ਹੈ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਹੈ, ਔਰ ਬੜੇ ਲੋਕ ਆਏ ਇਹਨੂੰ ਖਰਾਬ ਕਰਨ ਲਈ, ਬੜੇ ਗਏ ਪਰ ਇਹ ਖਰਾਬ ਨਹੀਂ ਹੋਈ। ਇਹ ਪਾਰਟੀ ਹਮੇਸ਼ਾ ਚੜ੍ਹਦੀ ਕਲਾ 'ਚ ਰਹੂਗੀ। ਬਿਲਕੁਲ ਚੀਮਾ ਸਾਹਿਬ
ਕਿੱਦਾਂ ਦੇਖਦੇ ਹੋ ਅੱਜ ਫੈਸਲਾ ਲੈ ਲਿੱਤਾ ਗਿਆ ਕਿ ਸਾਰੇ ਅਧਿਕਾਰ ਜਿਹੜੇ ਨੇ ਸੋਨੀਆ ਗਾਂਧੀ ਨੂੰ ਦੇ ਦਿੱਤੇ ਗਏ ਨੇ ਕੀ ਕੁਝ ਹੋਰ ਮੁੱਦਿਆਂ ਤੇ ਮਸਲਿਆਂ ਤੇ ਗੱਲਬਾਤ ਹੋਈ ਹੈ ਕਿਉਂਕਿ ਹੁਣ ਚੋਣਾਂ ਦਾ ਬਿਗੁਲ ਅੱਜ ਤੋਂ ਹੀ ਕਹਿੰਦੇ ਵੱਜਦਾ ਨਜ਼ਰ ਆ ਰਿਹਾ ਹੈ ਕਾਂਗਰਸ ਨੇ ਅੱਜ ਤੋਂ ਹੀ ਕਮਾਨ ਖਿੱਚ ਲਿੱਤੀ ਹੈ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਸਾਰੇ ਜਿਹੜੀ ਕਮੇਟੀ ਨੇ ਅਧਿਕਾਰ ਸੋਨੀਆ ਜੀ ਸਾਡੇ ਪ੍ਰਧਾਨ ਆ ਉਹਨਾਂ ਨੂੰ ਸਾਡੇ ਪ੍ਰਧਾਨ ਸਾਹਿਬ ਦੇ ਥਰੂ ਸਾਰੀ ਕਮੇਟੀ ਨੇ ਅਧਿਕਾਰ ਦੇ ਦਿੱਤੇ ਆ ਅਤੇ ਬਾਕੀ ਫੈਸਲਾ ਹਾਈਕਮਾਂਡ ਜਿਹੜੀ ਆ ਉਹ ਸਾਰਾ ਕਰੂਗਾ ਮੈਰਿਟ ਦੇ ਬੇਸਿਸ 'ਤੇ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਉਮੀਦਵਾਰ ਯੋਗਿਆ ਹੋਣਗੇ ਉਹਨਾਂ ਨੂੰ ਜ਼ਿਆਦਾ ਪਾਵਰਾਂ ਦਿੱਤੀਆਂ ਜਾਣਗੀਆਂ ਕਿੱਦਾਂ ਦੇਖਦੇ ਹੋ ਸਿੱਧੂ ਸਾਹਿਬ ਦੇ ਇਸ ਬਿਆਨ ਨੂੰ ਬਿਲਕੁਲ ਬਹੁਤ ਵਧੀਆ ਜੀ ਇੱਦਾਂ ਹੀ ਚਾਹੀਦਾ ਇੱਦਾਂ ਆ ਇਹ ਤਾਂ ਜਿਹੜੇ ਵਿੱਚ ਕੁਛ ਕਾਲੀਆਂ ਭੇਡਾਂ ਵੱਡੀਆਂ ਜਿਹੜੀਆਂ ਖਰਾਬ ਕਰ ਰਹੀਆਂ ਪਾਰਟੀ ਨੂੰ ਉਹ ਠੀਕ ਕਰਕੇ ਜਿਹੜੇ ਮੈਰਿਟ ਦੇ ਬੇਸ 'ਤੇ ਹੀ ਜਿਹੜੇ ਬੰਦੇ ਅੱਗੇ ਜਾਂਦੇ ਕਿਹੜੀਆਂ ਭੇਡਾਂ ਨੇ ਜਿਹੜੀਆਂ ਖਰਾਬ ਕਰ ਰਹੀਆਂ ਨੇ ਕਿਹੜੇ ਇਹੋ ਜਿਹੇ ਚਿਹਰੇ ਨੇ ਹੈਗੇ ਬਹੁਤ ਚਿਹਰੇ ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿਆ ਸਾਰਵਜਨਿਕ ਹੋਣਗੇ ਇਹਨਾਂ ਦੇ ਨਾਂ ਬਿਲਕੁਲ ਬਿਲਕੁਲ ਹੋਣਗੇ ਸਮਾਂ ਉਨ 'ਤੇ ਹੋਣਗੇ ਔਰ ਸਮਾਂ ਉਨ 'ਤੇ ਉਹ ਜਿਹੜਾ ਪਾਰਟੀ ਦੇ ਪਿੱਛੇ ਛੁਰਾ ਮਾਰਦਾ ਨਾ ਉਹ ਕੋਈ ਗੱਲ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਦੇਖੋ ਕਾਂਗਰਸ ਪਾਰਟੀ ਇੱਕ ਉਹ ਪਾਰਟੀ ਹੈ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਹੈ ਔਰ ਬੜੇ ਲੋਕ ਆਏ ਇਹਨੂੰ ਖਰਾਬ ਕਰਨ ਲਈ ਬੜੇ ਗਏ ਪਰ ਇਹ ਖਰਾਬ ਨਹੀਂ ਹੋਈ ਇਹ ਪਾਰਟੀ ਹਮੇਸ਼ਾ ਚੜ੍ਹਦੀ ਕਲੇ 'ਚ ਰਹੂਗੀ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ 'ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ ਗੋਲਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਟਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਪਨ ਜਾਂ ਦੁਟੋਨਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467